ਇਦਾਂ ਪੋਲਿਟੀਕਲ ਪਾਰਟੀਆਂ ਦੇ ਗੇਟ ਤੇ ਬੰਨੋ ਲਿਖਿਆ ਗਿਆ ਕਿ ਦਲ ਬਦਲੂਆਂ ਵਾਸਤੇ 24 ਘੰਟੇ ਸਵਾਗਤ ਹੈ। ਸ਼ਾਮ ਨੂੰ ਪਾਰਟੀ ਛੱਡਦੇ ਐ, ਸਿੱਦੇ ਦੂਜੀ ਪਾਰਟੀ ਚੁੱਟਦੇ ਐ, ਇੱਕ ਪਾਰਟੀ ਤੋਂ ਟਿਕਟ ਨਹੀਂ ਮਿਲੀ ਦੂਜੀ ਪਾਰਟੀ ਚਲੇ ਗਏ। ਇਦਾਂ ਕਾਂਗਰਸੀ ਕਾਂਗਰਸੀ ਖਰਾਨੇ ਲੱਗੇ ਹੋਏ ਐ। ਅੰਮ੍ਰਿਤਸਰ ਦੀ ਖਬਰ ਹੈ ਕਿ ਸਿੱਧੂ ਸਾਮੂਹ ਅਕਾਲੀ ਖਾਨ ਨਹਰਾਂ ਕਾਂਗਰਸੀਆਂ ਨੇ ਖਰਾ ਦੇਣਾ। ਪੰਜਾਬ ਉਹ ਵੇ ਪੰਜ ਪਾਣੀਆਂ ਦੀ ਧਰਤੀ ਅੱਜ ਤੱਕ 2.5 ਪਾਣੀ ਰਹਿ ਗਏ ਤੇ ਸ਼ਰਾਬ ਸਭ ਤੋਂ ਵੱਡਾ ਪਾਣੀ ਹੋ ਗਿਆ। ਜਨ ਪ੍ਰਤੀਨਿਧੀ ਨਹੀਂ ਬਣਦੇ। ਇਹ ਜਨਤਾ ਦਾ ਖੂਨ ਨਾ ਜੋੜ ਕੇ ਇਹ ਆਪ ਸੱਤਾਪਤੀ ਬਣਦੇ ਮੌਰੀ ਇੱਕ ਵਾਰ ਇਹ ਸੱਤਾਪਤੀ ਬਣ ਜਾਂਦੇ 5 ਸਾਲ 15 ਦਿਨ ਘੱਟ ਪੰਜ ਸਾਲ ਇਹਨਾਂ ਦੇ ਜਨਤਾ ਲਈ ਬਦੂ ਜਾਂਦੇ ਇਸ ਉਹ ਜਿਹੀ ਅਮਰਿੰਦਰ ਸਿੰਘ ਇਹ ਗਲਤੀ ਨਹੀਂ ਕਰਨਗੇ ਜਿਆਦਾ ਅੱਛਾ ਸੀ ਬੈਠੇ ਰਹਿੰਦੇ ਜਿੱਥੇ ਬੈਠੇ ਪਾਰਟੀ ਛੋੜਤੀ ਸੀ ਛੋੜ ਦਿੰਦੀ ਹੈ ਇਲੈਕਸ਼ਨ ਲੜਨਾ ਲੜ ਲੈਣਾ ਜ਼ਰੂਰੀ वैसे, साल, साल चुप्रिया, चुप्रिया वैसे ते 75 ਸਾਲ 80 ਸਾਲ ਤੋਂ ਬਾਅਦ ਹੀ ਇਲੈਕਸ਼ਨ ਲੜਨਾ ਕੋਈ ਤੁਕ ਨਹੀਂ ਹੈਗਾ। ਕੋਈ ਜਦੋਂ ਰਾਤ ਤੇ ਚੁੰਗੀਆਂ ਚੋਂਪੜੀਆਂ ਬਸਤੀਆਂ ਅਮੀਰਾਂ ਦੀਆਂ ਬਸਤੀਆਂ ਵੈਸੇ ਗਰੀਬ ਅਮੀ ਬਦਾਮ ਹੈ। ਅਮੀਰ ਵਧੀਆ ਸ਼ਰਾਬ ਲੈਂਦੇ ਤੇ ਗਰੀਬ ਉਹ ਜਰਾ ਸਸਤੀ ਲੈਂਦਾ। ਸਰਕਟ ਹਾਲ ਤੋਂ ਮਿਲੇ ਸੀ ਮੈਨ ਨਹੀਂ ਸੀ ਜਾਣਦੇ ਪਹਿਲੀ ਵਾਰੀ ਉਹਨਾਂ ਨੇ ਜਿਸ ਆਪਣੇ ਪੰਨ ਨਾਲ ਅਣਜਾਨ ਨੂੰ ਵੀ ਉਥੇ ਮਿਲੇ ਬੁਲਾਇਆ ਬਹੁਤ ਚੰਗਾ ਲੱਗਾ। ਬਾਬੂ ਸ਼ਾਹੀ ਦੇਖ ਰਹੇ ਸਾਰੇ ਦਸਕਾਰਾਂ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਇੱਕ ਬਹੁਤ ਹੀ ਸੀਜ਼ਨਡ ਜਿਹੜੇ ਨੇਤਾ ਨੇ ਬੀਜੇਪੀ ਦੇ ਸਾਬਕਾ ਸਵਾਸਥ ਮੰਤਰੀ ਵੀ ਰਹੇ ਨੇ ਭੰਜੀ ਲక్ష్ਮੀ ਕਾਂਤਾ ਚਾਵਲਾ ਆਪਣੀ ਬੇਬਾਕ ਬੋਲੀ ਚਾਹੇ ਉਹ ਚਾਹੇ ਆਪਣੀ ਪਾਰਟੀ ਬਾਰੇ ਹੋਵੇ ਚਾਹੇ ਕਿਸੇ ਬਾਰੇ ਹੋਵੇ ਸੱਚ ਦੀ ਗੱਲ ਜਿਹੜਾ ਹੈ ਉਹ ਹਮੇਸ਼ਾ ਕਰਦੇ ਹਨ ਇਸ ਲਈ ਵੀ ਉਹ ਜਾਣੇ ਜਾਂਦੇ ਹਨ ਮੌਜੂਦਾ ਹਾਲਾਤ ਜੋ ਪੰਜਾਬ ਦੇ ਤੁਸੀਂ ਦੇਖ ਹੀ ਰਹੇ ਹੋ ਕਿ ਵਿਧਾਨ ਸਭਾ ਚੋਣਾਂ ਜਿਹੜੀਆਂ ਹਨ ਸਿਰਤੇ ਹਨ ਔਰ ਇਹੋ ਜਿਹੇ ਕੰਟੈਸਟ ਜਿੰਨੀਆਂ ਪਾਰਟੀਆਂ ਕਰ ਰਹੀਆਂ ਨੇ ਸ਼ਾਇਦ ਅੱਜ ਤੱਕ ਕਦੀ ਵੀ ਇੰਨੀਆਂ ਪਾਰਟੀਆਂ ਇਕੱਠੀਆਂ ਹੋ ਕੇ ਕੰਟੈਸਟ ਨਹੀਂ ਕਰ ਪਈਆਂ ਔਰ ਇਸ ਵਿੱਚ ਵੋਟਰ ਅਤੇ ਕੈਂਡੀਡੇਟ ਦੋਵਾਂ ਦਾ ਹੀ ਜਿਹੜਾ ਕਨਫਿਊਜ਼ਿੰਗ ਜਿਹੜੀ ਹੈ ਸਿਚੁਏਸ਼ਨ ਜਿਹੜੀ ਆ ਬਣੀ ਹੋਈ ਹੈ ਆ ਜਾਣਦੇ ਹਾਂ ਆਪਾਂ ਗੱਲਬਾਤ ਕਰਕੇ ਵੀ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇ ਇਹਨਾਂ ਉੱਤੇ ਇਹਨਾਂ ਦੇ ਕੀ ਵਿਚਾਰ ਨੇ ਆ ਉਹ ਗੱਲਬਾਤ ਕਰਕੇ ਜਾਣਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਮ ਤੁਸੀਂ ਬਹੁਤ ਭਾਜਪੀ ਦੇ ਇੱਕ ਬਹੁਤ ਸੀਜ਼ਨ ਜਿਹੜੇ ਨੇਤਾ ਰਹੇ ਜੇ ਹਾਂਜੀ ਕਾਰਕਟਰਤਾ ਰਹੇ ਹੋ ਤੇ ਸਾਬਕਾ ਮੰਤਰੀ ਵੀ ਰਹੇ ਹੋ ਔਰ ਜਿਹੋ ਜਿਹੇ ਹਾਲਾਤ ਹੁਣ ਇਸ ਵੇਲੇ ਬਣੇ ਹੋਏ ਹਨ ਓਵਰ ਆਲ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਹਾਲਾਤ ਦੇਖੋ ਇਹ ਪੰਜਾਬ ਦਾ ਦੇਸ਼ਤਾ ਪੰਜਾਬ ਦੀ ਜਨਤਾ ਦਾ ਦੁਰਭਾਗ ਹੈ ਕਿ ਇਸ ਵਕਤ ਆਮ ਜਨ ਫੈਸਲਾ ਨਹੀਂ ਕਰ ਪਾ ਰਿਹਾ ਕਿ ਉਹਨੇ ਕਿੱਥੇ ਜਾਣਾ ਹੈ ਕਿਹੜੀ ਪਾਰਟੀ ਨੂੰ ਵੋਟ ਦੇਣਾ ਹੈ ਔਰ ਇੱਕ ਬੰਦਾ ਅੱਜ ਇੱਕ ਪਾਰਟੀ ਜੁ ਹੁੰਦਾ ਹੈ ਸ਼ਾਮ ਹੁੰਦੇ ਹੋ ਕਿਸੇ ਹੋਰ ਪਾਰਟੀ ਚਲਾ ਜਾਂਦਾ ਮੈਂ ਤੇ ਪਿੱਛੇ ਕਿ ਕਿ ਜਿੱਦਾਂ ਲਿਖਿਆ ਹੁੰਦਾ ਨਾ ਐਮਰਜੈਂਸੀ 24 ਆਵਰ 24 ਘੰਟੇ ਐਮਰਜੈਂਸੀ ਐਦਾਂ ਪੋਲਿਟੀਕਲ ਪਾਰਟੀਆਂ ਦੇ ਗੇਟ ਤੇ ਬੰਨੋ ਲਿਖਿਆ ਗਿਆ ਕਿ ਦਲ ਬਦਲੂਆਂ ਵਾਸਤੇ 24 ਘੰਟੇ ਸਵਾਗਤ ਹੈ ਸ਼ਾਮ ਨੂੰ ਪਾਰਟੀ ਛੱਡਦੇ ਸਿੱਦੇ ਦੂਜੀ ਪਾਰਟੀ ਚੁੰਦੇ ਹੈ ਇੱਕ ਪਾਰਟੀ ਤੋਂ ਟਿਕਟ ਨਹੀਂ ਮਿਲੀ ਦੂਜੀ ਪਾਰਟੀ ਚਲੇ ਗਏ ਔਰ ਰੋਂਦੇ ਦਿਖਾਈ ਦਿੱਤੇ ਕੁਛ ਲੋਕ ਕਿ ਮੈਂ ਟਿਕਟ ਨਹੀਂ ਮਿਲੀ ਤੇ ਟੀਵੀ ਦੇ ਸਾਹਮਣੇ ਰੋ ਰਹੇ ਆ ਉਧਰ ਇੱਕ ਲੜਕੇ ਨੇ ਬੜਾ ਅੱਛਾ ਲਿਖਿਆ ਕਹਿੰਦਾ ਤੂੰ ਹੀ ਤੇ ਟਿਕਟ ਨਾ ਮਿਲਣ ਤੇ ਰੋ ਰੋ ਰਹੇ ਹੋ ਅਸੀਂ ਬੇਰੋਜ਼ਗਾਰ ਆ ਅਸੀਂ ਲਾਠੀਆਂ ਖਾ ਰਹੇ ਆ ਅਸੀਂ ਕੱਚੇ ਮੁਲਾਜ਼ਮ ਆ ਅਸੀਂ ਆਪਣੇ ਲਈ ਰੋਈਏ ਤੇ ਸਹੀ じゃ ਤੁਸੀਂ ਤੇ ਨਹੀਂ ਚਾਹੀਦੇ ਹੋ ਜਿਹੜੀ ਹਰਿਆਣਾ ਦੀ ਬਿਮਾਰੀ ਸੀ ਨਾ ਆਇਆ ਰਾਮ ਗਿਆ ਰਾਮ ਹਰਿਆਣਾ ਤੋਂ ਸ਼ੁਰੂ ਹੋਇਆ ਸੀ ਤੇ ਸਾਨੂੰ ਲੱਗਦਾ ਸੀ ਉਹ ਪੰਜਾਬ ਚ ਐਦਾਂ ਨਹੀਂ ਆਏਗਾ ਅਸੂਲ ਵਾਲੇ ਲੋਕ ਹੈ ਪਰ ਅੱਜ ਪੰਜਾਬ ਨੇ ਆਇਆ RAM ਗਿਆ RAM ਦੇ ਵਿੱਚ ਜਿਨ੍ਹਾਂ ਪੰਜ ਸਟੇਟਸ 'ਚ ਇਲੈਕਸ਼ਨ ਹੋ ਰਿਹਾ ਹੈ ਪੰਜਾਂ ਨੂੰ ਚੌਨ ਪਿੱਛੇ ਛੱਡ ਦਿੱਤਾ ਹੈ ਔਰ ਦਲ ਬਦੂਆਂ ਦੇ ਵਿੱਚੋਂ ਅਸੀਂ ਸਿਰ ਮੌਰ ਹੋ ਗਏ ਆ ਅਫਸੋਸ ਹੈ ਸਿਰ ਮੌਰ ਸ਼ਬਦ ਕਹਿ ਰਹੀ ਆ ਇਹ ਘਟਿਆ ਪਾਣਾ ਬੁਝੀ ਗੱਲ ਜਨਤਾ ਦਾ ਮੁੱਦਾ ਕੋਈ ਨਹੀਂ ਹੈ ਕੋਈ ਕਹਿੰਦਾ ਵੀ ਮੈਂ ਤੇਰੀ ਤੇਰੀ ਲੱਤ ਤੋੜ ਦੇਣੀ ਹੈ ਕੋਈ ਕਹਿੰਦਾ ਤੇਰੀ ਮਤਲਬ ਤੇਰੇ ਪਿਤਾ ਨੇ ਇਸ ਤਰ੍ਹਾਂ ਕੀਤਾ ਸੀ ਕੋਈ ਕਹਿੰਦਾ ਤੇਰੇ ਪੁੱਤਰ ਨੇ ਇਦਾਂ ਕੀਤਾ ਸੀ ਆਪਸੀ ਜਿਹੜੇ ਆ ਨਾ ਵਾਰ ਪਲਟ ਵਾਰ aarop pratyarop ਜਿਸ ਤਰ੍ਹਾਂ ਕਿਤੇ ਛੋਟੇ ਹੁੰਦੇ ਸੀ ਗਲੀਆਂ 'ਚ ਲੜਦੇ ਹੁੰਦੇ ਸੀ ਨਾ ਦਿਖਦੇ ਸੀ ਲੜਾਈ ਇੱਕ ਦੂਜੇ ਤੇ ਦੋਸ਼ ਲਾਨੇ ਉਹ ਚੱਲਿਆ ਔਰ ਵੱਡੀ ਗੱਲ ਹੈ ਜਨਤਾ ਦਾ ਮੁੱਦਾ ਕਿਸੇ ਕੋਲ ਨਹੀਂ ਕਾਂਗਰਸ ਕੋਲ ਅਕਾਲੀਆਂ ਕੋਲ ਕੌਨ ਦੈਨ ਆਪ ਆਰਟਿਕੂਲ ਕਮਿਊਨਿਸਟਾਂ ਕੋਲ ਔਰ ਹੁਣ ਤਾਂ ਪਾਰਟੀਆਂ ਬੜੀਆਂ ਹੋ ਗਈਆਂ ਕਾਂਗਰਸ ਦੋ ਹੋ ਗਈ ਅਕਾਲੀ ਦਲ ਦੋ ਹੋ ਗਏ ਕਿਸਾਨ ਮੋਰਚੇ ਵੀ ਆ ਗਏ ਔਰ ਦੇਖੋ ਕੱਲ ਤੱਕ ਜਿਹੜੇ ਲੋਕ ਕਹਿੰਦੇ ਸੀ ਕਿ ਅਮਰਿੰਦਰ ਸਿੰਘ ਅਰੂਸਾ ਉਸਕੇ ਘਰ ਮੇ ਰਹਤੀ ਹੈ ਅਰੂਸਾ ਪਾਕਿਸਤਾਨ ਦੀ ਹੈ ਯਾ ਅਮਰਿੰਦਰ ਸ਼ਾਮ ਨੂੰ ਨਸ਼ੇ ਵੀ ਜੁੰਦੇ ਹੈ ਮਿਲਦੇ ਨਹੀਂ ਲੋਕਾਂ ਨੂੰ ਅੱਜ ਉਹ ਹੀ ਉਹਨੂੰ ਗਲੇ ਲਗਾ ਰਹੇ 3 ਸਾਬ ਭਾਰਤੀ ਜਨਤਾ ਪਾਰਟੀ ਔਰ ਅਮਰਿੰਦਰ ਇਕੱਠੇ ਹੋ ਗਏ ਇਧਰ ਕਾਂਗਰਸੀ ਕਾਂਗਰਸੀ ਨੂੰ ਹੈਰਾਨ ਲਾ ਲੱਗੇ ਹੋਇਆ ਅੰਮ੍ਰਿਤਸਰ ਦੀ ਖਬਰ ਹੈ ਕਿ ਸਿੱਧੂ ਸਾਹਿਬ ਨੂੰ ਅਕਾਲੀ ਖਾਨ ਨਹਿਰਨ ਕਾਂਗਰਸੀਆਂ ਨੇ ਖਰਾਦ ਨੇ। ਔਰ ਆਪ ਪਾਰਟੀ ਦਾ ਜੂ ਮ ਅੱਜ ਸੁਣ ਕੇ ਆਈਆਂ ਟਾਲੀ ਤੋਂ ਵੀ ਲੋਕ ਬਦਲਾਵ ਬਦਲਾਵ ਕਹਿ ਰਹੇ ਹੈ ਡਰਦੇ ਵੀ ਹੈ ਬੋਲਦੇ ਨਹੀਂ। ਹਮ ਦੇਖੋ ਸਵਾਲ ਪੰਜਾਬ ਦੇ ਸਾਹਮਣੇ ਬੜਿਆ ਹੈ। ਆਖਰ 16-17 ਲੱਖ ਨੌਜਵਾਨ ਲੜਕਾ ਪੰਜਾਬੀ ਵਿਦੇਸ਼ ਕਿਉਂ ਜਾ ਬਠਾ? ਸਾਡੀ ਯੂਥ ਗਈ, ਸਾਡਾ ਪੈਸਾ ਗਿਆ। ਹਰ ਲੜਕੇ ਦੇ ਨਾਲ 25-50 ਲੜਕਾ ਜਾਂ ਲੜਕੀ ਜਿਹੜਾ ਵੀ ਜਾਂਦਾ ਹੈ 25-50 ਲੱਖ ਰੁਪਈਆ ਨਲ ਚਲਾ ਜਾਂਦਾ ਹੈ। ਸਾਡਾ ਪੈਸਾ ਗਿਆ। ਖੜੀ ਜਵਾਨੀ ਗਈ ਔਰ ਇਹੋ ਜੇ ਬੰਗਲੇ ਕੋਠੀਆਂ ਖੇਤ ਖਲਿਹਾਨ ਖਾਲੀ ਪਏ ਹੈ ਜਿਨ੍ਹਾਂ ਤੇ ਹਲਚੁਲ ਆਦਮਾ ਦਾ ਕੋਈ ਨਹੀਂ ਠੇਕੇ ਦੇ ਦਿੱਤੇ ਹੈ ਜਾਂ ਉੱਤਰ ਪ੍ਰਦੇਸ਼ੀਏ ਸਾਡੇ ਭਰਾ ਭਾਈ ਆ ਕਿਥੇ ਕੰਮ ਕਰ ਰਹੇ ਹੈ ਇਹ ਕੋਠੀਆਂ ਖਾਲੀ ਪਈ ਹੈ ਪੰਜਾਬ ਉਹ ਵੇ ਪੰਜ ਪਾਣੀਆਂ ਦੀ ਧਰਤੀ ਅੱਜ ਤੱਕ ਢਾਈ ਪਾਣੀ ਰਹਿ ਗਏ ਤੇ ਸ਼ਰਾਬ ਸਭ ਤੋਂ ਵੱਡਾ ਪਾਣੀ ਹੋ ਗਿਆ ਉਹਦੇ ਕੋ ਪਿਛਲੇ ਦਿਨਾਂ ਚ ਸਾਡਾ ਜਿਹੜਾ ਆਪਣੇ ਆਪ ਨੂੰ ਸੀਐਮ ਬਣਾਉਣਾ ਚਾਹੁੰਦਾ ਸਿੱਧੂ ਸਾਹਿਬ ਉਹ ਕੀ ਕਹਿੰਦੇ ਕਿ ਇਹਨਾਂ ਨੇ ਤਾਂ ਸਿਰਫ 700 ਕਰੋੜ ਰੁਪਏ ਕਮਾਇਆ ਮੈਂ 7000 ਕਰੋੜ ਰੁਪਏ ਸ਼ਰਾਬ ਤੋਂ ਕਮਾਂਗਾ ਮੈਨੇ ਤਾਂ ਇਹ ਕਿਹਾ ਹੈ ਅੱਭੀ ਕਹਿ ਰਹੀ ਹੂੰ ਕਿ ਪੰਜਾਬ ਦੇ ਲੋਕੋ ਥੋੜੇ ਸਮਝਦਾਰ ਹੋ ਜਾਓ ਔਰ ਖਾਸ ਕਰ ਮਹਿਲਾਵਾਂ ਜਿਹੜਾ ਕਿਸੇ ਨੂੰ ਸ਼ਰਾਬ ਪੁਲਾਉਂਦਾ ਹੈ ਚੋਣਾਂ ਦੇ ਦਿਨਾਂ 'ਚ ਉਹ ਉਹਦੇ ਪੰਜਾਬ 'ਚ ਉਹਦੇ ਪਰਿਵਾਰ 'ਚ ਕਲੇਸ਼ ਪੰਦਾ ਹੈ ਮੇਰੇ ਕੋਲ ਬਹੁਤ ਸਾਰੀਆਂ ਔਰਤਾਂ ਇਹੋ ਜਿਹੀ ਆਈਆਂ ਹੁਣ ਨਹੀਂ ਪਹਿਲੇ ਵੀ ਆਂਦੀਆਂ ਨਹੀਂ ਆਂ ਕਹਿੰਦੀਆਂ ਜੀ ਇਲੈਕਸ਼ਨ ਤੋਂ ਪਹਿਲਾ ਹਫਤਾ ਸਾਡੇ ਘਰਾਂ ਦੇ ਵਿੱਚ ਨਰਕ ਹੈਗਾ ਕਿਉਂ ਰੋਇ ਸ਼ਰਾਬ ਆ ਜਾਨੀ ਮੁਫਤ ਆ ਜਾਨੀ ਕਦੀ ਪਾਰਟੀ ਦੀ ਆ ਗਈ ਦੂਜੇ ਦੀ ਆ ਗਈ ਔਰਤਾਂ ਦੀ ਪਟਾਈ ਹੁੰਦੀ ਹੈ ਬੱਚਿਆਂ ਦੀ ਪਟਾਈ ਹੁੰਦੀ ਹੈ ਘਰਾਂ ਚ ਕਲੇਸ਼ ਬੰਦਾ ਔਰ ਇਕ ਵਾਰੀ ਤਹੋਜਾ ਵੀ ਆਇਆ ਕਿ ਸਾਡੀਆਂ ਉਹਨਾਂ ਔਰਤਾਂ ਨੇ ਕਹਿਤਾ ਕਿ ਜਿਹੜੇ ਜਿਹੜੇ ਸਾਡੇ ਘਰ ਵਾਲਿਆਂ ਨੂੰ ਸ਼ਰਾਬ ਦੇ ਗਏ ਨਾ ਉਹਨੂੰ ਅਸੀਂ ਵੋਟ ਨਹੀਂ ਪਾਣਾ ਅੰਦਰ ਜਾ ਕੇ ਜਿੰਨੂੰ ਮਰਜ਼ੀ ਵੋਟ ਅਸੀਂ ਪਾ ਦਿੰਦੇ ਆ ਬਾਹਰ ਬੋਲਾਂਗੇ ਤੇ ਸਾਨੂੰ ਮਾਰ ਪਾਏਗੀ ਸ਼ਰਾਬ ਨਸ਼ਾ ਸ਼ਰਾਬ ਦੀ ਚਿੰਤਾ ਹੈ ਸ਼ੁੱਧ ਪਾਣੀ ਨਹੀਂ ਤੁਸੀਂ ਦੇਖੋ ਮੈਨੂੰ ਕੱਲ ਹੈਰਾਨਗੀ ਹੋਈ ਕਿ ਚੰਨੀ ਸਭ ਭਗੋਂ ਤਾਂ ਮਾਨੂੰ ਸ਼ਰਾਬੀ ਕਹਦੇ ਆ ਤੇ ਚੰਨੀ ਸਾਹਿਬ ਨੇ ਜੀ ਆਪਣੇ ਬੇਟੇ ਦਾ ਵਿਆਹ ਕੀਤਾ ਹੈ ਲਾਵਾ ਫਿਰ ਇਹ ਤਾਂ ਗੁਰਦੁਆਰਾ ਸਾਹਿਬ ਚ ਕਰਾ ਲੈ ਉਸ ਤੋਂ ਬਾਅਦ ਜਿਹੜੀ ਪਾਰਟੀ ਕੀਤੀ ਉਹਦੇ ਵਿੱਚ ਕਿੰਨੀ ਸ਼ਰਾਬ ਪਲਾਈ ਫੋਟੋ ਤੁਸੀਂ ਸਾਰਿਆਂ ਨੇ ਦੇਖੀਗੇ ਕਿ ਸ਼ਰਾਬ ਦੇ ਸਟਾਲ ਲਗਾ ਕੇ ਤੇ ਬੈਠੇ ਹੋਏ ਆ ਤੇ ਉਹਨਾਂ ਨੇ ਤਾਂ ਜਿਹੜਾ ਉੱਥੇ ਪਾਣੀ ਪਲਾਇਆ ਬੋਤਲ ਬੰਦ ਉਹ ਵੀ ਸ਼ਰਾਬ ਦੀ ਕੀਮਤ ਤਾਂ ਹੀ ਸੀ ਜਿਹੜਾ ਪਾਣੀ ਉੱਥੇ ਪਲਾਇਆ ਮੈਨੂੰ ਮੇਰੇ ਸਾਥੀਆਂ ਨੇ ਦੱਸਿਆ ਕਿ 100 ਰੁਪਏ ਤੋਂ ਲੈ ਕੇ 800 ਰੁਪਏ ਤੱਕ ਬੋਤਲ ਪਾਣੀ ਦੀ ਹੈ ਨਹੀਂ ਇਹ ਪਰ ਗਰੀਬ ਕਹੇ ਜਾ ਰਹੇ ਫਿਰ ਗਰੀਬ ਦਾ ਕੰਮ ਤਾਂ 670 ਕਰੋੜ ਰੁਪਏ ਦਾ ਮਾਲਕ ਅਗਰ ਗਰੀਬ ਹੈ ਤਾਂ ਰੱਬ ਕਰੇ ਸਾਰੇ ਹਿੰਦੁਸਤਾਨੀ ਇੰਨੇ ਗਰੀਬ ਹੋ ਜਾਣ ਔਰ ਉਹ ਰਾਜਨੀਤਿਕ ਫੈਸ਼ਨ ਹੋ ਗਿਆ ਆਪਣੇ ਆਪ ਨੂੰ ਗਰੀਬ ਕਹਿਣਾ ਕਿ ਮੈਂ ਬੜਾ ਗਰੀਬ ਸੀ ਤੂੰ ਥਾ ਗਰੀਬ ਅੱਜ ਤਾਂ ਗਰੀਬ ਨਹੀਂ ਨਾ ਤੂੰ ਕਿਸੇ ਕਮਜ਼ੋਰ ਜਾਤੀ ਜੀ ਜਨਮ ਲਿਆ ਨਾ ਅੱਜ ਤਾਂ ਤੂੰ ਨਹੀਂ ਨਾ ਹੈਗਾ ਅੱਜ ਤਾਂ ਤੂੰ ਤਗੜਾ ਹੈਗਾ ਨਾ ਤੇ ਗਰੀਬ ਕਹਿਣਾ ਵੀ ਇੱਕ ਫੈਸ਼ਨ ਬਣ ਗਿਆ ਨੇਤਾਵਾ ਦਾ 2 200 2 2 ਅਰਬਾਂ ਦੇ ਮਾਲਕ ਔਰ ਆਪਣੇ ਆਪ ਨੂੰ ਗਰੀਬ ਕਹਿੰਦੇ ਐ ਔਰ ਉਹ ਗਰੀਬ ਨਹੀਂ जरा सड़क पर बैठा हुआ जिदे कोई रैन बसेरा भी नहीं दो टाइम की रोटी नहीं और एक देखो झूठ इन्ना बोल रहे हैं कि जोड़ा बेचारा छे हज़ार सत हज़ार अठ हज़ार कमा रहे है नाल ठेके नौकरी कर रहा है ठेके नौकरी सत अठ हज़ार रुपया कमा रहे हैं सवेरे शाम वो या उनकी पत्नी कितने होर काम करके बच्चे पाल रहे हैं ना दवाई है ना पढ़ाई है ना इज्जत की रोटी है इज्जत की रोटी इस पिछले मैं कह रही हूँ कि उन्होंने बहुत वो कम करने पै रहे हैं ਜਿਹੜੇ ਆਮ ਸਵੇਧ ਪੋਸ਼ ਆਦਮੀ ਕਰਦੇ ਸੰਕੋਚ ਕਰਦੇ ਆ ਉਹ ਵੀ ਕੰਮ ਕਰਨੇ ਪੈਦੇ ਮੇਰੇ ਪਾਸ ਹੈਗੇ ਐਸੇ ਬੱਚੇ ਬੇਰੋਜ਼ਗਾਰੀ ਕੋਈ ਮੁੱਦਾ ਨਹੀਂ ਹੈ ਮਹਿੰਗਾਈ ਕੋਈ ਮੁੱਦਾ ਨਹੀਂ ਹੈ ਪਾਣੀ ਸਾਫ ਪੀਣ ਨੂੰ ਨਹੀਂ ਮਿਲਦਾ ਕੋਈ ਮੁੱਦਾ ਨਹੀਂ ਹੈ ਬੜਾ ਸਮਾਰਟ ਸਿਟੀ ਦੀ ਗੱਲ ਕਰਦੇ ਨਾ ਤੁਸੀਂ ਅੰਮ੍ਰਿਤਸਰ ਦੇਖ ਲਓ ਜਾ ਕੇ ਇੱਕ ਬਾਹਰੀ ਸਰਕੂਲਰ ਰੋਡ ਤੇ ਸਾਰਾ 500 ਕਰੋੜ ਲਾਤਾ ਬੋਰਡ ਲੱਗਾ ਹੈ 500 ਕਰੋੜ ਦਾ ਸਾਡਾ ਸ਼ਹਿਰ ਟੁੱਟਾ ਪਿਆ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਚ ਮਿਕਸ ਹੋ ਰਿਹਾ ਇਹ ਆਪ ਤਾਂ ਬੋਤਲਬੰਦ ਪਾਣੀ ਪੀਂਦੇ ਆ हूँ किसी दुकान पर भी जाओ रोटी ढाबे तक खाने जाओ बंद आम जो पं बोतल लवोंगे सौ रुपये तो वह ही दे देंगे भी रुपये का वो विक रहे हैं आम आदमी जोगा गरीब जोगा इन्होंने छोड़या की है इन सरकार ने और कोई पार्टी सीरीयस नहीं है मैंने उस दिन कहा है कि एक लखीब ठेके कर्मचारी है आउटसोरसिंग च खून चुड़िया जा रहे हैं और आउटसोरसिंग द एजेंसीज मोस्टली पंजाब के सीनियर अफसर या नेतावान दियाँ हैं वो तो पैसा कमा रहे हैं ਆਊਟਸੋਰਸਿੰਗ ਦੀ ਤੁਸੀਂ ਗੱਲਾਂ ਨਿਚੋੜਦੇ ਹੋ ਠੇਕੇ ਦੀ ਨੌਕਰੀ ਤੁਸੀਂ ਗੱਲਾਂ ਨਿਚੋੜਦੇ ਹੋ ਪ੍ਰਾਈਵੇਟ ਦੁਕਾਨਾਂ ਤੇ ਜਿਹੜੇ ਪੈਸੇ ਮਿਲਦੇ ਆ ਉੱਥੇ ਤੇ ਫਿਰ ਸਾਨੂੰ ਕੀ ਕਹਿੰਦੇ ਜੀ ਤੁਸੀਂ ਗਰੀਬ ਨਹੀਂ ਗਰੀਬ ਮੈਂ ਹੀ ਆ ਚੰਨੀ ਗਰੀਬ ਹੈ ਜਾਂ ਫਿਰ ਸਿੱਧੂ ਗਰੀਬ ਹੈ ਜਾਂ ਫਿਰ ਹੋਰ ਬਾਕੀ ਸਾਰੇ ਲੀਡਰ ਗਰੀਬ ਹੈ ਅਸੀਂ ਜਿਹੜੇ 6 6 8 8000 ਚ ਗੁਜ਼ਾਰਾ ਕਰਦੇ ਆ ਅਸੀਂ ਅਮੀਰ ਹੋ ਗਏ ਕੁੱਲ ਮਿਲਾ ਕੇ ਜਨ ਪ੍ਰਤੀਨਿਧੀ ਨਹੀਂ ਬੰਦੇ ਇਹ ਜਨਤਾ ਦਾ ਖੂਨ ਨਿਚੋੜ ਕੇ ਇਹ ਆਪ ਸੱਤਾਪਤੀ ਬੰਦੇ ਆ ਔਰ ਇੱਕ ਵਾਰ ਇਹ ਸੱਤਾਪਤੀ ਬਣ ਜਾਂਦੇ 5 ਸਾਲ 15 ਦਿਨ ਘਟ ਪੰਜ ਸਾਲ ਇਹਨਾਂ ਦੇ ਦਰਵਾਜ਼ੇ ਜਨਤਾ ਲਈ ਬੰਦ ਹੋ ਜਾਂਦੇ ਆ ਤੁਸੀਂ ਦਲ ਬਦਲੂ ਦੀ ਗੱਲ ਕੀਤੀ ਹੈ ਜੀ ਕੈਪਟਨ ਮਰਿੰਦਰ ਸਿੰਘ ਦਾ ਭਾਜਪੀ ਦੇ ਨਾਲ ਟਾਇਆ ਪਾਇਆ ਤੁਸੀਂ ਭਾਜਪੀ ਪਾਰਟੀ ਨੂੰ ਬਿਲੋਂਗ ਕਰਦੇ ਜੇ ਕੈਪਟਨ ਮਰਿੰਦਰ ਸਿੰਘ ਨੇ ਸ਼ਾਇਦ ਜਿੰਨੀ ਸੇਲ ਕਾਊਂਟਰ ਖੋਲ੍ਹਿਆ ਸ਼ਾਇਦ ਕਿਸੇ ਪਾਰਟੀ ਨੇ ਨਹੀਂ ਖੋਲ੍ਹਿਆ ਔਰ ਜਿੰਨੀ ਉਹਨਾਂ ਦੀ ਪਾਰਟੀ ਚ ਬੰਦੇ ਗਏ ਨੇ ਉਹਨੇ ਮਤਲਬ ਲੋਕ ਉਹਦੇ ਵਿੱਚ ਤੇ ਉਹਦੇ ਵਿੱਚ ਉਹਦੇ ਕੀ ਸਮਝੀ ਮੈਨੂੰ ਲੱਗਦਾ ਹੈ ਅਮਰਿੰਦਰ ਸਿੰਘ ਨਾਲ ਤਾਂ ਉਹ ਆਇਆ ਬਹੁਤੇ ਜਿਹੜੇ ਪਹਿਲੇ ਵੀ ਉਹਦੇ ਹੀ ਬੰਦੇ ਸੀ ਕਾਂਗਰਸ ਜੈਸੀ ਪੰਜਾਬ ਲੋਕ ਕਾਂਗਰਸ ਬਣੀ ਉਹ ਉਹਦੇ ਵਿੱਚ ਚਲੇ ਗਏ ਉਹ ਲੁਧਿਆਣਾ ਵਿੱਚ ਕੀ ਹੋਇਆ ਲੁਧਿਆਣਾ ਦੇ ਵਿੱਚ ਬੈਂਸ ਬ੍ਰਦਰਸ ਦਰ ਦੂਜੇ ਸਾਰੇ ਕਿਹਦੇ ਨਾਲ ਲੜੇ ਕਿਉਂ ਲੜੇ ਪਤਾ ਨਹੀਂ ਸਿਰ ਤੇ ਤੋੜੇ ਨਾ ਨਹੀਂ ਚੋਣਵ ਲੜਨੇ ਦਾ ਮਤਲਬ ਇਹ ਨਹੀਂ ਹੈ ਅਸੀਂ ਲੋਕਾਂ ਵਿੱਚ ਚੋਣ ਲੜਿਆ ਆਪਣੇ ਵੇਲੇ ਹਰ ਵਿਅਕਤੀ ਕੋਲ ਜਾਇਦਾ ਸੀ ਕੋਈ ਮੇਰਾ ਸਮਰਥਕ ਹੈ ਕੋਈ ਕਿਸੇ ਹੋਰ ਦਾ ਸਮਰਥਕ ਹੈ ਲੇਕਿਨ ਸਮਾਜਿਕ ਸ਼ਿਸ਼ਟਾਚਾਰ ਤਾਂ ਨਹੀਂ ਨਾ ਤੋੜਿਆ ਸੀ ਅੱਜ ਤੇ ਸਮਾਜਿਕ ਸ਼ਿਸ਼ਟਾਚਾਰ ਵੀ ਪੁੱਲ ਗਿਆ ਪੋਲਿਟਿਸ਼ੀਨ ਤੁਸੀਂ ਕੀ ਸਮਝਦੇ ਹੋ ਬੀਜੇਪੀ ਦਾ ਲੋਕ ਕਾਂਗਰਸ ਜਿਹੜੀ ਪੰਜਾਬ ਕਾਂਗਰਸ ਹੈ ਉਹਦੇ ਨਾਲ ਕੈਪਟਨ ਮਰਿੰਦਰ ਸਿੰਘ ਨਾਲ ਟਾਈ ਆਪ ਕਰਨ ਦੇ ਨਾਲ ਕੀ ਫਾਇਦਾ ਕੀ ਨੁਕਸਾਨ ਕੀ ਐਡਵਾਂਟੇਜ ਕੀ ਡਿਸਐਡਵਾਂਟੇਜ ਮਰਿੰਦਰ ਸਿੰਘ ਨੂੰ ਪੁੱਛੋ ਵੈਸੇ ਮੈਂ ਬਹੁਤ ਪਹਿਲੇ ਇਹ ਸੋਚੀ ਦੀ ਸੀ ਕਿ ਮਰਿੰਦਰ ਸਿੰਘ ਇਹ ਗਲਤੀ ਨਹੀਂ ਕਰਨਗੇ ਜਿਆਦਾ ਅੱਛਾ ਸੀ ਬੈਠੇ ਰਹਿੰਦੇ ਜਿੱਥੇ ਬੈਠੇ ਆ ਪਾਰਟੀ ਛੋੜਤੀ ਸੀ ਛੋੜ ਦਿੱਤੀ ਐ ਇਲੈਕਸ਼ਨ ਲੜਨਾ ਹੈ ਲੜ ਲੈਣਾ ਜ਼ਰੂਰੀ ਹੈ वैसे ते 75 ਸਾਲ 80 ਸਾਲ ਤੋਂ ਬਾਅਦ ਹੀ ਇਲੈਕਸ਼ਨ ਲੜਨਾ ਕੋਈ ਤੁਕ ਨਹੀਂ ਹੈਗਾ ਨਵੀਂ ਪੀੜੀ ਲਈ ਛੋੜ ਦਿਓ ਔਰ ਫਿਰ ਉਹਨਾਂ ਨੇ ਜਿਹੜੀ ਪਾਰਟੀ ਬਣਾਈ ਹੈ ਮੈਨੂੰ ਲੱਗਦਾ ਬੜੀ ਵੱਡੀ ਗਲਤੀ ਕੀਤੀ ਹੈ ਪਰ ਉਹਨਾਂ ਦਾ ਕੋਈ ਪਹਿਲੀ ਤਾਲਮੇਲ ਹੋ ਗਿਆ ਉਹਨਾਂ ਨੇ ਕਿ ਅਸੀਂ ਪਾਉਂ ਜ ਨਹੀਂ ਦਲ ਬਦਲਾਂਗੇ ਪਾਰਟੀ ਬਣਾ ਕੇ ਬਰਬੜਾਸੀਂ ਸਮਝੌਤਾ ਕਰ ਲਾਂਗੇ ਤਿੰਨ ਪਾਰਟੀਆਂ ਇਕੱਠੀਆਂ ਹੋ ਗਈਆਂ ਹੁਣ ਢੀਂਡ ਸਾਬ ਸਾਬ ਵੀ ਤੇ ਅਕਾਲੀਆਂ ਤਾਂ ਵੱਖਰੇ ਹੋ ਕੇ ਉੱਥੇ ਜਿਹੜੀ ਕਿਹੜੀ ਬਣਾਈਏ ਕ ਉਹਨਾਂ ਨੇ ਇਕਲਿਦਲੀ ਬਣਾਇਆ ਹਾਂਜੀ ਉਹ ਉਹਨਾਂ ਨੇ ਸੰਯੁਕਤ ਬਣਾਇਆ ਸੰਯੁਕਤ ਅਕਾਲੀ ਜਨ ਕੋਈ ਤਰਕ ਥੋੜਾ ਜਿਸ ਪਾਰਟੀ ਦੇ ਸਿਰ ਤੇ ਤੁਸੀਂ ਰਾਜ ਸਭਾ 'ਚ ਪਹੁੰਚੇ ਹੋ ਜਿਸ ਪਾਰਟੀ ਦੇ ਸਿਰ ਤੇ ਤੁਹਾਡੇ ਬੱਚੇ ਮੰਤਰੀ ਬਣੇ ਆ ਵਿੱਤ ਮੰਤਰੀ ਬਣੇ ਆ ਜੇ ਕਿਸੇ ਨਾਲ ਨਹੀਂ ਬਣੀ ਤੇ ਪਾਰਟੀ ਮੰਨ ਲਓ ਇਹ ਦੀ ਵੀ ਨਾਲ ਲੜਾਈ ਹੋ ਗਈ ਤੇ ਪਾਰਟੀ ਦਾ ਤਾਂ ਨਹੀਂ ਕੋਈ ਨੁਕਸੇਗਾ ਤੇ ਇਹ ਜਿਹੜੇ ਦਲ ਬੰਦੂ ਹੈ ਨਾ ਇਹ ਬਿਲਕੁਲ ਵਿਸ਼ਵਾਸ ਪਾਤਰ ਨਹੀਂ ਹੈ ਇਹ ਕੁਰਸੀ ਦੇ ਵਿਸ਼ਵਾਸ ਪਾਤਰ ਹੋ ਸਕਦੇ ਆ ਇਹ ਸਵਾਰਥੀ ਹੋ ਸਕਦੇ ਆ ਇਹ ਦਲ ਬਦਲੂ ਜਨਤਾ ਦੇ ਕੁਝ ਨਹੀਂ ਲੱਗਦੇ ਕੈਪਟਨ ਮਨਿੰਦਰ ਸਿੰਘ ਨੇ ਕਿਹਾ ਸੀ ਜਿੱਥੇ ਵੀ ਨਵਜੋਤ ਸਿੰਘ ਸਿੱਧੂ ਜਾਏਗਾ ਮੈਂ ਉਹਦੇ ਮਗਰ ਜਾ ਕੇ ਮਹਰਾਵਾਂਗਾ ਠੀਕ ਹੈ ਨਾ ਸ਼ਾਇਦ ਇਸੇ ਕਰਕੇ ਮਨ ਲੱਗਦਾ ਉਹਨੇ ਪਾਰਟੀ ਫਾਰਮ ਕੀਤੀ ਹੈ ਇਸੇ ਕਰਕੇ ਬੀਜ ਨੇ ਕੋਲੀਸ਼ਨ ਕੀਤਾ ਕੀ ਅਮਰਿੰਦਰ ਸਿੰਘ ਦੀ ਦਾ ਇਲਾਕਾ ਅੰਮ੍ਰਿਤਸਰ ਆਖਰियतੂ ਐਮਪੀ ਬਣੇ ਸੀ ਬੜਾ ਇੰਟਰਸਟਿੰਗ ਗੇਮ ਬਣ ਜਾਂਦੀ ਹੈ ਅਗਰ ਅਮਰਿੰਦਰ ਸਿੰਘ ਸਾਹਮਣੇ ਲੜਨ ਆ ਜਾਂਦੇ ਸਿੱਧੂ ਦੇ ਬਟ ਜੋ ਕੁਝ ਹੋ ਰਿਹਾ ਨਾ ਉਹ ਉਹਨਾਂ ਦੀ ਯੋਜਨਾ ਦਾ ਹੀ ਹਿੱਸਾ ਹੈ ਜਿਹੜਾ ਸਿੱਧੂ ਜੀ ਦੇ ਵਿਰੁੱਧ ਵਾਤਾਵਰਨ ਬਣਿਆ ਹੈ ਸ਼ਹਿਰ ਦੇ ਵਿੱਚ ਦੇਖੋ ਉਹ ਤਾਂ ਕੀਤਾ ਹੀ ਹੋਣਗੇ ਪਤਾ ਨਹੀਂ ਪਰ ਜਿਹੜੀ ਉਹਦਾ ਸਿੱਧੂ ਦੀ ਸਭ ਤੋਂ ਵੱਡੀ ਵਿਰੋਧੀ ਬਣੀ ਉਹਦੀ ਜਿਹੜੀ ਜੁਬਾਨ ਪਿਛਲੇ 15 20 ਦਿਨ ਚੋਂ 3 ਹਫ਼ਤਿਆਂ ਤੋਂ ਜਿੰਨਾ ਬੋਲੇ ਹੈ ਨਾ ਸਾਡੇ ਆਮ ਸ਼ਹਿਰੀ ਕਹਿਣ ਲੱਗ ਗਏ ਆ ਕਿ ਬਈ ਇਹ ਭਾਸ਼ਾ ਤਾਂ ਇੱਕ ਚੰਗੇ ਲੋਕ ਪ੍ਰਤੀਨਿਧੀ ਨੂੰ ਜਨ ਪ੍ਰਤੀਨਿਧੀ ਨੂੰ ਨਹੀਂ ਸਹੀਦੀ ਇੱਕ ਦਿਨ ਉਹਨਾਂ ਨੇ ਕਿਹਾ ਮੈਂ ਗੁਰੂ ਨਾਨਕ ਤੇ ਰੱਬ ਨੂੰ ਵੀ ਤੂੰ ਕਹਿੰਦਾ ਮੈਂ ਕਿਹਾ ਮੈਂ ਕਿਹਾ ਸਿੱਧੂ ਜੀ ਸੋਨੀਆ ਗੰਦੀ ਜੀ ਸਾਹਮਣੇ ਆ ਜਾਣਗੇ ਉਹਨੂੰ ਕਹਾਂ ਤੂੰ ਸੋਨੀਆ ਤਾਂ ਤਾਂ ਮੰਨ ਲਈਏ ਬਾਬਾ ਨਾਨਕ ਰੱਬ ਨੂੰ ਤੂੰ ਕਹਿੰਦਾ ਤੇ ਉਹ ਤਾਂ ਛੱਡ ਦੋ ਅਸੀਂ ਵੀ ਤੇ ਆਪਣੇ ਪਰਵਤਪਨ ਕਹਿੰਦੇ ਆ ਨਾ हे ਰੱਬਾ ਮੇਰੀ ਸੂਨ ਤੂੰ ਉਹ ਸਾਡਾ ਰਿਸ਼ਤਾ ਹੋ ਰਿਹਾ ਆਤਮਾ ਦਾ ਪਰਵਤਪਨ ਆ ਲੈ ਇਹ ਜਿਸ ਦਿਨ ਪਹਿਲੇ ਦਿਨਾਂ 'ਚ ਬੁੱਲੇ ਹੈ ਤੁਸੀਂ ਸਾਰੇ মিডিਆ ਦੇ ਲੋਗ ਹੋ ਤੁਸੀਂ ਆਪਣੇ ਪਰਿਵਾਰ 'ਚ ਵੀ ਇਹੋ ਜੀ ਬੋਲੀ ਕਦੀ ਪਸੰਦ ਨਹੀਂ ਕਰੋਗੇ ਤੇ ਬੋਲ ਚਾਲ ਉਹਨਾਂ ਦਾ ਬਹੁਤ ਮਾੜਾ ਹੋ ਗਿਆ ਪਿਛਲੇ ਦਿਨਾਂ ਦੇ ਵਿੱਚ ਉਹਦੇ ਕਰਕੇ ਜੋ ਮੈਂ ਆਸ-ਪਾਸ ਵਾਤਾਵਰਣ ਦੇਖ ਰਹੀ ਆਂ ਸ਼ਰਦ ਲੋਕ ਅੰਮ੍ਰਿਤਸਰ ਦੇ ਉਹ ਬੋਲ ਚਾਲ ਤੋਂ ਹੀ ਕਹਿੰਦੇ ਵੀ ਅੱਜ ਹੀ ਇਸ ਰੰ ਦਾ ਕਦੀ ਐ ਸੀਐਮ ਬਣ ਗਏ ਤੇ ਕੀ ਹੋਏਗਾ ਇਹ ਲੋਕ ਕਹਿੰਦੇ ਤੁਸੀਂ ਜੀ ਗੱਲ ਕੀਤੀ ਹੈ ਮਾਡਲ ਦੀ ਪੰਜਾਬ ਵਿੱਚ ਸਮੱਸਿਆਵਾਂ ਦੀ ਸਿੱਧੂ ਸਾਹਿਬ ਨੇ ਜਿਹੜੀ ਗੱਲ ਕੀਤੀ ਤੁਸੀਂ ਪਾਣੀ ਦੀ ਸਾਫ ਪਾਣੀ ਦੀ ਸਿੱਧੂ ਸਾਹਿਬ ਦਾ ਇੱਕ 18 ਨੁਕਤੇ ਜਿਹੜਾ ਪ੍ਰੋਗਰਾਮ ਸਿੱਧੂ ਸਾਹਿਬ ਸ਼ਰਾਬ ਤਵਦ ਨੂੰ ਭੁਲਾਣ ਦੇ ਨਹੀਂ ਨਹੀਂ ਸੁਣੋ ਨਾ ਉਹ ਵੀ ਉਹ ਕਹਿੰਦੇ ਜੀ ਇਹ ਜਿਹੜੇ ਪੋਲਿਟਿਸ਼ੀਅਨ ਜਿਹੜੇ ਆਪਣੇ ਪੈਸੇ ਜੇਬ ਚ ਪਾ ਰਹੇ ਨੇ ਉਹਨਾਂ ਨੂੰ ਨਹੀਂ ਜਾਣਗੇ ਦਾ ਇੱਕ ਉਹ ਪਨਾਵਾਂਗੇ ਕੋਆਪਰੇਟਿਵ ਬਣਾਵਾਂਗੇ ਉਹ ਚ ਮੁੰਡਿਆਂ ਨੂੰ ਲਾਵਾਂਗੇ ਤੇ ਇਹ ਪੈਸੇ ਜਿਹੜੇ ਸਰਕਾਰ ਕੋਲ ਆਣਗੇ ਉਹ ਵੀ ਗੱਲ ਛੱਡ ਦੀਏ ਤੇ ਜਿਹੜਾ ਸ਼ਰਾਬ ਦੇ ਜਿਹੜੇ ਹੈ ਜਿਹੜੇ ਜਿੱਤੇ ਕਬਜ਼ਾ ਮਾਫੀਆ ਕਬਜ਼ਾ ਕੀਤਾ ਹੈ ਉਹ ਤੋਂ ਛੁਡਾਵਾਂ ਸ਼ਰਾਬ ਪਿਲਾ ਕੇ ਕਿਸੇ ਦਾ ਲੀਵਰ ਖਰਾਬ ਹੋਊਗਾ ਕਿਸੇ ਦੀ ਛਾਤੀ ਖਰਾਬ ਹੋਏਗੀ ਟੀਬੀ ਹੋਏਗੀ ਹਾਰਟ ਅਟੈਕ ਹੋਣਗੇ ਐਕਸੀਡੈਂਟ ਜਿਆਦਾ ਹੋਣਗੇ ਕ੍ਰਾਈਮ ਜਿਆਦਾ ਹੋਏਗਾ ਨਹੀਂ ਉਹ ਕਹਿ ਰਹੇ ਜੀ ਜਿਹੜੀ ਪਹਿਲੇ ਹੀ ਵਿਕਰੀ ਹੈ ਉਹਨੂੰ ਉਹਨੂੰ ਬਦਲ ਉਹਨੂੰ ਵੇਚਣ ਦਾ ਟੰਗ ਬਦਲੇਗੀ ਸਾਹਿਬ ਬੰਦ ਕਰਨ ਦੀ ਗੱਲ ਤੇ ਨਹੀਂ ਕਰਦੇ ਉਹਨਾਂ ਨੇ ਬੜਾ ਖੁੱਲਾ ਲਿਖਿਆ ਹੈ ਕਿ ਇਹ 700 ਕਰੋੜ ਕਮਾਉਂਦੇ ਆ ਮੈਂ 7000 ਕਰੋੜ ਕਮਾ ਕੇ ਦਿਆਂਗਾ ਮੇਰੇ ਪਾਸ ਕਟਿੰਗ ਹੈ ਮੈਂ ਉਹ ਤੇ ਆਰਟੀਕਲ ਲਿਖਿਆ ਹੈ ਹਰ ਆਪਣੀ ਸਪੀਚ ਕੇ ਠੀਕ ਹੈ ਤੇ ਫਿਰ ਜੇ ਪੰਜਾਬ ਨੂੰ ਸ਼ਰਾਬੀ ਬੁਲਾਨੀ ਹੈ ਤੇ ਸ਼ਰਾਬ ਤੇ ਜ਼ਹਿਰ ਤੇ ਜਿਆਦਾ ਫਰਕ ਨਹੀਂ ਹੈਗਾ ਜਿਹੜਾ ਬੰਦਾ ਦੂਜਾ ਦਸ਼ਾ ਕਰਦਾ ਨਾ ਕੋਈ ਫੀਮ ਖਾਂਦਾ ਕੋਈ ਨੀਂਦ ਦੀ ਗੋਲੀ ਖਾਂਦਾ ਹੈ ਉਹ ਐਕਸੀਡੈਂਟ ਨਹੀਂ ਕਰਦਾ ਉਹ ਕਤਲ ਨਹੀਂ ਕਰਦਾ ਪੈ ਜਾਏਗਾ ਬੇਹੋਸ਼ ਹੋ ਕੇ ਪੈ ਜਾਏਗਾ ਸ਼ਰਾਬ ਪੀਣ ਵਾਲਾ ਜਿਹੜਾ ਸ਼ਰਾਬ ਪੀਂਦਾ ਪਹਿਲੇ ਗਿੱਦੜ ਹੁੰਦਾ ਮਗਰ ਉਹ ਪੇੜੀਆਂ ਬਣ ਕੇ ਮਾਰਦਾ ਧਮਕੀਆਂ ਔਰ ਐਕਸੀਡੈਂਟ ਵੀ ਕਰਦੇ ਹੈ ਹੀਨੀਅਸ ਕ੍ਰਾਈਮ ਜਿਹੜਾ ਹੈ ਉਹ ਸ਼ਰਾਬ ਪੀ ਕੇ ਹੁੰਦਾ ਹੈ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਤੇ ਸ਼ਰਾਬ ਜੇ ਹੁਣ ਮਨੀਪੁਰ ਬਿਨਾ ਸ਼ਰਾਬ ਚੱਲ ਰਿਹਾ ਹੈ ਜੇ ਹੁਣ ਗੁਜਰਾਤ ਬਿਨਾ ਸ਼ਰਾਬ ਚੱਲ ਰਿਹਾ ਹੈ ਬਿਹਾਰ ਲਗਭਗ ਬਿਨਾ ਸ਼ਰਾਬ ਚੱਲ ਰਿਹਾ ਹੈ ਤੇ ਕਿਉਂ ਉੱਥੇ ਲੋਕ ਰੋਟੀ ਨਹੀਂ ਖਾਂਦੇ ਜੇ ਇਹ ਕਹਿ ਦਿੰਦੇ ਜੀ ਉੱਥੇ ਚੋਰੀ ਦੀ ਸ਼ਰਾਬ ਜਾਂਦੀ ਚੋਰੀ ਤੇ ਇੱਥੇ ਵੀ ਜਾਂਦੀ ਹੈ ਕਤਲ ਕਰਨਾ ਮਨਾ ਹੈ ਲੇਕਿਨ ਫਿਰ ਵੀ ਕੋਈ ਕਤਲ ਕਰਦਾ ਤੇ ਉਹਨੂੰ ਸਜ਼ਾ ਹੁੰਦੀ ਹੈ ਨਾ ਉਹੀ ਬਿਹਾਰ ਵਿੱਚ ਹੋ ਰਿਹਾ ਤੇ ਇਹ ਡਿਕਲੇਅਰਡ ਕਹਿੰਦਾ ਕਿ ਮੈਂ 7000 ਕਰੋੜ ਸ਼ਰਾਬ ਤੋਂ ਕਮਾ ਕੇ ਦੇਵਾਂਗਾ ਕਿੰਨੇ ਲੋਕਾਂ ਨੂੰ ਮੈਨੇ ਲਿਖਾ ਤਾਂ ਮੈਂ ਕਿਹਾ ਸਿੱਧੂ ਸਾਹਿਬ ਜੇ ਤੁਹਾਡੇ ਹੱਥ ਪਾਵਰ ਆ ਗਈ ਤਾਂ ਸਕੂਲਾਂ ਕਾਲਜਾਂ ਦੀ ਕੰਟੀਨ ਤੇ ਰੱਖਾ ਦੇਣਾ ਤੇ ਹੁੰਦਾ ਹੈਗਾ ਨਾ ਜਿਹਨੇ ਸ਼ਰਾਬ ਪਲਾਣੀ ਉਹ ਮੈਰਿਜ ਪੈਲੇਸ ਤੇ ਪੈਸੇ ਵੱਧ ਦਿੰਦਾ ਫਿਰ ਜਿਹੜਾ ਨਾ ਪਲਾਏਗਾ ਉਹਨੂੰ ਜੁਰਮਾਨਾ ਲਾ ਦੇਣਾ ਠੀਕ ਹੈ ਦਾ 7000 ਕਰੋੜ ਕਮਾएंगे ਨਾ ਤੇ ਪੰਜਾਬ ਦੀ ਕੋਈ ਚਿੰਤਾ ਨਹੀਂ ਕਿਸੇ ਨੂੰ ਨਾ ਜਵਾਨੀ ਦੀ ਚਿੰਤਾ ਹੈ ਨਾ ਬਚਪਨ ਦੀ ਚਿੰਤਾ ਹੈ ਨਾ ਬਿਮਾਰ ਦੀ ਚਿੰਤਾ ਹੈ ਅੱਜ ਤੱਕ ਇਹ ਲੋਕ ਇਹ ਨਹੀਂ ਕਰ ਪਾਏ ਕਿ ਜਿਹੜੇ ਹਸਪਤਾਲਾਂ ਦੇ ਵਿੱਚ ਮਰੀਜ਼ ਚਲਾ ਗਿਆ ਉਹ ਪ੍ਰਾਈਵੇਟ ਹਸਪਤਾਲ ਉਹਨਾਂ ਦਾ ਕੋਈ ਤੁਸੀਂ ਬੋਝ ਵੰਡ ਦਿਓ ਸਰਕਾਰੀ ਹਸਪਤਾਲ 'ਚ ਡਾਕਟਰ ਹੀ ਚੰਗੇ ਦੇ ਦਿਓ ਡਾਕਟਰਾਂ ਦੀ ਭਰਤੀ ਨਹੀਂ ਕਰਨੀ ਡਾਕਟਰ ਆਂਦੇ ਵੀ ਨਹੀਂ ਪਤਾ ਕਿਉਂ ਨਹੀਂ ਆਂਦੇ ਛੋਟਾ ਮੋਟਾ ਵਰਕਰ ਵੀ ਪੋਲਿਟੀਕਲ ਪਾਰਟੀ ਦਾ ਜਾ ਕੇ ਡਾਕਟਰ ਨਾਲ ਬਹੁਤ ਬੁਰਾ ਵਿਵਹਾਰ ਕਰਦੇ ਆ ਗੱਲੇ ਤਾਂ ਫੜਦੇ ਆ ਜੇ 326 ਡਾਕਟਰੋਂ ਦੀ ਮਰਜ਼ੀ ਨਾ ਬਣਾਵੇ ਤੇ ਡਾਕਟਰ ਦੀ ਬੇਇੱਜ਼ਤੀ ਕਰਦੇ ਆ ਮੈਨੂੰ ਪੱਕਾ ਹੈ ਮੇਰੇ ਹੁੰਦਿਆਂ ਇੱਕ ਕੇਸ ਵੀ ਇਹੋ ਜਿਹਾ ਨਹੀਂ ਹੋਏਗਾ ਜਿੱਥੇ ਡਾਕਟਰ ਦੀ ਕੋਈ ਇਨਸਲਟ ਕਰ ਦੇ ਮੇਰੇ ਇੱਕ ਸਿਵਲ ਸਰਜਨ ਦੀ ਕੰਮ ਲੈ ਨੇ ਕੀਤੀ ਸੀ ਮੈਂ ਉਹ ਐਮਐਲਏ ਨੂੰ ਪਾਣੀ ਪਲਾ ਦਿੱਤਾ ਸੀ ਘਸਣ ਲੱਗਤੇ ਕਿ ਤੂੰ ਕੌਣ ਹੁੰਦਾ ਹੈ ਇੱਕ ਸਿਵਲ ਸਰਜਨ ਦੀ ਬੇਸੀ ਕਰਨ ਵਾਲਾ ਤੋਂ ਔਰ ਜਰੰਦਰ ਹਸਪਤਾਲ ਸਾਡੇ ਕੁਝ ਲੋਕਾਂ ਨੇ ਮੇਰੀ ਪਾਰਟੀ ਦੀ ਨਹੀਂ ਡਾਕਟਰ ਦਾ ਕੋਲਰ ਪਕੜ ਲਿਆ ਵੀ ਤੂੰ ਨਹੀਂ ਬਣਾਇਆ ਇਹਦੀ ਬਦਲ ਦਿਓ ਜੀ ਸਸਪੈਂਡ ਕਰ ਦਿਓ ਮੈਂ ਉਸ ਡਾਕਟਰ ਦੀ ਇੱਜ਼ਤ ਵਧਾਈ ਉਹਦਾ ਜਾ ਕੇ ਉੱਥੇ ਸਵਾਗਤ ਕੀਤਾ ਕਿ ਤੂੰ ਅੱਛਾ ਹੈ ਤੇ ਜੇ ਪੋਲੀਟੀਸ਼ੀਅਨ ਚਾਹਣ ਤੇ ਕ੍ਰਾਈਮ ਰੁਕ ਸਕਦਾ ਹੈ ਅਹਲੇ ਪੋਲੀਟੀਸ਼ੀਅਨ ਬਿਲਕੁਲ ਨਹੀਂ ਚਾਹੁੰਦੇ ਕ੍ਰਾਈਮ ਰੁਕ ਜਾਏ ਦੋ ਚਾਰ 5% ਮਨ ਸਾਡੇ ਤਾਂ ਬੁਰੇ ਨਹੀਂ ਹੁੰਦੇ ਉਹ ਵੀ ਇਹਨੇ ਕਮਜ਼ੋਰ ਪਾ ਜਾਂਦੇ ਆ ਜਾਂ ਉਹਨਾਂ ਦਾ ਐਡਾ ਗਰੁੱਪ ਨਹੀਂ ਬੰਦਾ ਤੇ ਉਹ ਦੇਖਾ ਦੇਖੀ ਵੀ ਇਲੈਕਸ਼ਨ ਜਿੱਤਣੇ ਲਈ ਇਹਹੀ ਚਾਹੀਏ ਇਹਹੀ ਕਰ ਲੋ ਲੇਕਿਨ ਮੈਂ ਜਿਹੜੀਆਂ ਦੋ ਵੱਡੀਆਂ ਬਿਵਾਰੀਆਂ ਇਲੈਕਸ਼ਨ ਨਾਲ ਜੁੜੀਆਂ ਇੱਕ ਤਾਂ ਦਲ ਬਦਲ ਦੂਸਰੀ ਵੋਟਰਾਂ ਨੂੰ ਪੈਸੇ ਦੇ ਕੇ ਲੈਣਾ ਚੋਣਾਂ ਵਿੱਚ ਸ਼ਰਾਬ ਪਲਾਨੀ ਇਹਦੇ ਬਹੁਤ ਸਖਤ ਵਿਰੋਧੀਆਂ ਔਰ ਮੈਂ ਤਾਂ ਚੋਣ ਪ੍ਰਿਵੇਖਕਾਂ ਨੂੰ ਪੁੱਛਿਆ ਸੀ ਵੀ ਜਦੋਂ ਰਾਤ ਤੇ ਝੁਗੀਆਂ ਝੂੰਪਰੀਆਂ ਬਸਤੀਆਂ ਅਮੀਰਾਂ ਦੀਆਂ ਬਸਤੀਆਂ ਵੈਸੇ ਗਰੀਬ ਅਮੀਰ ਬੰਦਾਵੇਂ ਅਮੀਰ ਵਧੀਆ ਸ਼ਰਾਬ ਲੈਂਦੇ ਤੇ ਗਰੀਬ ਉਹ ਵਿਚਾਰਾ ਸਸਤੀ ਲੈ ਲੈਂਦਾ ਤੇ ਉਹ ਤੁਸੀਂ ਕਿਉਂ ਨਹੀਂ ਦੇਖਦੇ ਕਿਉਂ ਸਰਕਟ ਹਾਊਸ ਦੇ ਵੀ ਜਾਂ ਗੈਸਟ ਆਫਸ ਵਿੱਚ ਆਰਾਮ ਨਾਲ ਬੈਠੇ ਰਹਿੰਦੇ ਹੋ ਤੇ ਅੱਜ ਦੀ ਜਿਹੜੀ ਜ਼ਰੂਰਤ ਹੈ ਨੌਜਵਾਨ ਅੱਗੇ ਆਏ ਠੀਕ ਹੈ ਲੱਠੀਆਂ ਉਹਨਾਂ ਮੁਖੜੀਆਂ ਬਣੀਆਂ ਜਿਹੜੀ ਮਿਡਲ ਕਲਾਸ ਤੇ ਲੋਅਰ ਮਿਡਲ ਕਲਾਸ ਵਾਲੇ ਆ ਉਹ ਅੱਗੇ ਹਨ ਉਹ ਗਲੀ ਗਲੀ ਵਿਰੋਧ ਕਰਨ ਲੱਕੀਲੀ ਪੰਜਾਬ 'ਚ ਸ਼ੁਰੂ ਹੋ ਗਿਆ ਜਿਹੜੇ ਪੁਰਾਣੇ ਐਮਐਲਏ ਜਾ ਰਹੇ ਹਨ ਉਹਨਾਂ ਕੋਲ ਸੜਕ ਤੇ ਲੇਖਾ ਮੰਗਿਆ ਜਾ ਰਿਹਾ ਇਹ ਸੜਕ ਤੇ ਲੇਖਾ ਜਦੋਂ ਜਨਤਾ ਮੰਗਣਾ ਸ਼ੁਰੂ ਕਰ ਦੇਗੀ ਉਹ ਦਿਨ 5 ਸਾਲ ਨਹੀਂ ਸੌਣਗੇ 22 ਸਾਲ ਸੌਣਗੇ ਫਿਰ ਵਾਪਸ ਆ ਜਾਣਗੇ ਐਸਾ ਮਨ ਨੂੰ ਲੱਗਦਾ ਬੀਜੇਪੀ ਦੇ ਵਿੱਚ ਐਸਲੇ ਤੁਸੀਂ ਬੜੇ ਸੀਨੀਅਰ ਲੀਡਰ ਹੋ ਤੁਹਾਨੂੰ ਜਿਸ ਤਰ੍ਹਾਂ ਕੈਂਪੇਨ ਚੱਲ ਰਿਹਾ ਵਰਕਰੀ ਵਰਕਰੀ ਗੱਲ ਹੋ ਕਾ ਹਾਂ ਵਰਕ ਲੇਕਿਨ ਕੀ ਤੁਹਾਨੂੰ ਵਰਕਰੀ ਦੇ ਵਿੱਚ ਕੈਂਪੇਨਿੰਗ ਦਾ ਹਿੱਸਾ ਬਣਾਇਆ ਗਿਆ ਅੰਮ੍ਰਿਤਸਰ ਦੇ ਵਿੱਚ ਕਿਸੇ ਨੂੰ ਸਪੋਰਟ ਕਰ ਰਹੇ ਹੋ ਅੰਮ੍ਰਿਤਸਰ ਸੈਂਟਰਲ ਦਾ ਬਹੁਤ ਸਾਰਾ ਕੰਮ ਮੈਂ ਦੇਖ ਰਹੀ ਹਾਂ ਇਸ ਤੋਂ ਇਲਾਵਾ ਹੋਰ ਵੀ ਇੱਥੋਂ ਸਪੋਰਟ ਇਲਾਕੇ ਮਿਲਦੇ ਹਨ ਮੈਂ ਅੰਮ੍ਰਿਤਸਰ ਸੈਂਟਰਲ ਦੇ ਵਿੱਚ ਕੰਮ ਕਰ ਰਹੀ ਹਾਂ ਔਰ ਕਿਉਂਕਿ ਮੇਰੀ ਕੰਸਟੈਂਸੀ ਉਹੀ ਹੈ ਪਰ ਤੁਸੀਂ ਪੰਜਾਬ ਨਾਲ ਸੰਬੰਧ ਰੱਖਦੇ ਹੋ ਇੱਕ ਵੱਡੇ ਚਿਹਰੇ ਰਹੇ ਹੋ ਭਾਜੀਪੀ ਦੇ ਕੀ ਤੁਸੀਂ ਪੂਰੇ ਪੰਜਾਬ ਵਿੱਚ ਤੁਹਾਨੂੰ ਕੈਂਪੇਨਿੰਗ ਦਾ ਹਿੱਸਾ ਨਹੀਂ ਬਣਾਇਆ ਨਹੀਂ ਮੈਨੂੰ ਜੇ ਪਾਰਟੀ ਕਹਿੰਦੀ ਤੇ ਮੈਂ ਜਾਂਦੀ ਮੈਨੂੰ ਉਹਨਾਂ ਨੇ ਅੰਮ੍ਰਿਤਸਰ ਕेंद्रीय ਸੰਪੇ ਉੱਥੇ ਮਿਲ ਗਈ ਮੇਰੀ ਉੱਥੇ ਡਿਊਟੀ ਹੈ ਕੇਜਰੀਵਾਲ ਸਾਹਿਬ ਆਏ ਸੀਗੇ ਤੁਹਾਡੀ ਦੋ ਤਿੰਨ ਵਾਰੀ ਉਹਨਾਂ ਨਾਲ ਮੁਲਾਕਾਤ ਵੀ ਹੋਈ ਹੈ ਨਹੀਂ ਹੋਈ ਸਰਕਟ ਹੌਸ ਤੋਂ ਮਿਲੇ ਸੀ ਮੈਨੂੰ ਨਹੀਂ ਸੀ ਜਾਨਦੇ ਪਹਿਲੀ ਵਾਰੀ ਉਹਨਾਂ ਨੇ ਜਿਸ ਆਪਣੇ ਪੰਨ ਨਾਲ ਅਣਜਾਨ ਨੂੰ ਵੀ ਉੱਥੇ ਮਿਲੇ ਬੁਲਾਇਆ ਬਹੁਤ ਚੰਗਾ ਲੱਗਾ ਦੂਜੀ ਵਾਰੀ ਦੁਰਗਾ ਮੰਦਿਰ ਸੀ ਮੈਂ ਪਾਰਟਨ ਫਰਸਲਾ ਦੁਰਗਾ ਮੰਦਿਰ ਦੀ ਜਦੋਂ ਵੀ ਕੋਈ ਲੀਡਰ ਆਂਦਾ ਹੁਣ ਉਹਦੇ ਰਾਹੁਲ ਗੰਦੀ ਆਏ ਸੀ ਤਾਂ ਵੀ ਕਹੇ ਵਿਨਾਖਸ਼ੀ ਲਿਖੀ ਆਈ ਤਵੀ ਗਏ ਹਰਦੀਪੂਰੀ ਸਾਡਾ ਇਸੇ ਸਾਡੀ ਡਿਊਟੀ ਦਾ ਤੇ ਉੱਥੇ ਉਹ ਮਿਲੇ ਇਹ ਉਹਨਾਂ ਦਾ ਬੜਪਨ ਹੈ ਕਿ ਉਹ ਦੇਖ ਕੇ ਪ੍ਰਣਾਮ ਕਰਦੇ ਹੱਥ ਜੋੜਦੇ ਆ ਇਹ ਉਹਨਾਂ ਦਾ ਬੜਪਨ ਹੈ ਤੁਸੀਂ ਬੀਜੇਪੀ ਦੇ ਕੈਂਡੀ ਕਿਉਂਕਿ ਅੱਜ ਵੇਲੇ ਰਾਜਨੀਤੀ ਜਿਹੜੀ ਆ ਉਹ ਪਾਰਟੀਆਂ ਨਹੀਂ ਛੱਡ ਕੇ ਕੈਂਡੀਡੇਟ ਦੀ ਹੋ ਚੁੱਕੀ ਹੈ ਜਿਹੜਾ ਗਿਆ ਉਹਨੂੰ ਉਹ ਜਿਹੜਾ ਪਰਫਾਰਮੈਂਸ ਕਾਰਡ ਚੈੱਕ ਕਰ ਰਹੇ ਆ ਲੋਕ ਤੁਸੀਂ ਹਾਂਜੀ ਤੁਸੀਂ ਸਮਝਦੇ ਹੋ ਕਿ ਬੀਜੇਪੀ ਤੋਂ ਲਾਵਾ ਜੈ ਐਜ਼ ਅ ਨਾਰਮਲ ਜਾਂ ਜਨਰਲ ਗੱਲ ਕਰੀਏ ਤੇ ਐਜ਼ ਅ ਕੈਂਡੀਡੇਟ ਤੁਸੀਂ ਕਿਸੇ ਨੂੰ ਮਤਲਬ ਸਪੋਰਟ ਕਰਦੇ ਹੋ ਜਾਂ ਕਿ ਉਹਦੀ ਮੋਰਲੀ ਸਪੋਰਟ ਕਰਦੇ ਹੋ ਲੋਕ ਮੇਰੀ ਜਿਹੜੀ ਡਿਊਟੀ ਲੱਗੀ ਹੈ ਨਾ ਉਹ ਸਿਰਫ ਸੈਂਟਰਲ ਹਲਕੇ ਜੀ ਲੱਗੀ ਹੈ ਠੀਕ ਹੈ ਮੇਰਾ ਉਹਦੀ ਸੈਂਟਰਲ ਹਲਕੇ ਚ ਨਹੀਂ ਪਰਸਨਲ ਜੀ ਆਪਾਂ ਗੱਲ ਕਰੀਏ ਪਰਸਨਲ ਮੇਰਾ 뷰 ਤੇ ਹੈਗਾ ਮੈਂ ਤਾਂ ਲੋਕਾਂ ਨੂੰ ਇਕ ਬੀਜੇ ਅੱਛਾ ਲੋਕ ਕੋਈ ਮਿਲਦੇ ਹੈ ਤੇ ਉਹਨਾਂ ਨੂੰ ਸਪੋਰਟ ਕਰੋ ਪਰ ਅੱਛੇ ਦਾ ਮਤਲਬ ਇਹ ਨਹੀਂ ਕਿ ਉਹਦੀ ਰਿਸ਼ਤੇਦਾਰੀ ਹੈ ਅੱਛੇ ਦਾ ਮਤਲਬ ਹੈ ਕਿ ਉਹ ਦੇਸ਼ ਸੁਆਜਦੇਗਾ ਕਿ ਚੰਗਾ ਕੰਮ ਕਰ ਸਕਦਾ ਹੈ ਬੇਈਮਾਨਾਂ ਨੂੰ ਵੋਟ ਮਤ ਦਿਓ ਔਰ ਜਿਨ੍ਹਾਂ ਨੇ ਗਰੀਬ ਗਰੀਬ ਕਹਿ ਕੇ ਤੇ ਜਨਤਾ ਦੇ ਪ੍ਰਤੀਨਿਧੀ ਬਣ ਕੇ ਤੇ ਮੁੜ ਕੇ ਸਾਰਾ ਆਪਣਾ ਪਰਿਵਾਰੀ ਅਮੀਰ ਕਰਨ 'ਚ ਟਾਈਮ ਲਾ ਲਿਆ ਉਹਨਾਂ ਨੂੰ ਜ਼ਰੂਰ ਤੋਲ ਚਿਟਾਨੀ ਚਾਹੀਦੀ ਹੈ ਐਸਾ ਮੇਰਾ ਕਹਿਣਾ ਹੈ बीजेपी दी की परफॉर्मेंस ਸਮਝ ਦਿਓ ਜੀ ਇਸ ਵਾਰ ਜਿਹੜਾ ਮੋਦੀ ਸਾਹਿਬ ਨੇ ਜਿਹੜੇ ਲੈ ਲਏ ਨੇ ਹੁਣ ਇੱਕ ਅੱਦੇ ਦਿਨ ਚ ਸ਼ਾਇਦ ਅਮਿਤ ਸ਼ਾਹ ਔਰ ਮੋਦੀ ਸ਼ਾਵੀ ਮੋਦੀ ਸਾਹਿਬ ਵੀ ਆ ਰਹੇ ਨੇ ਹਾਂਜੀ ਹਾਂਜੀ ਤੇ ਕੀ ਸਮਝ ਦਿਓ ਕਿ ਕਿੰਨੀਆਂ ਸੀਟਾਂ ਇਸ ਵਾਰ बीजेपी ਜੜੀਆਂ ਗੇਨ ਕਰ ਸਕਦੀ ਕਿਉਂਕਿ ਮੈਂ ਸਾਰੇ ਪੰਜਾਬ ਚ ਨਹੀਂ ਘੁੰਮਦੀ ਲੇਕਿਨ ਮੋਦੀ ਜੀ ਔਰ ਅਮਿਤ ਸ਼ਾਹ ਆਣਗੇ ਉਹਦੇ ਨਾਲ ਪੰਜਾਬ ਚ बीजेपी ਦੇ ਪੱਖੀ ਵਾਤਾਵਰਨ ਹੋਰ ਵੀ ਜ਼ਿਆਦਾ ਬਣੇਗਾ ਕੁਝ ਅਨਾਉਂਸਮੈਂਟ ਐਕਸਪੈਕਟ ਕੀਤੇ ਜਾ ਰਹੇ ਨੇ ਅਮਿਤ ਸ਼ਾਹ ਜੀ ਕੋਲ ਮੋਦੀ ਸਾਹਿਬ ਕੋਲ ਕੇ ਹੀ ਇਲਾਵਾ ਔਰ ਉਹ ਵੀ ਕੇਂਦਰੀ ਕੇ ਇਲਾਵਾ ਕੁਝ ਪਤਾ ਨਹੀਂ ਮੋਦੀ ਜੀ ਜਿਹੜੇ ਮਿਲ ਕੇ ਆਏ ਉਹਨਾਂ ਕੋਈ ਦੱਸਣਗੇ ਨਹੀਂ ਅ ਮੋਦੀ ਜੀ ਨੇ ਪੰਜਾਬ ਦੇ ਅਧਿਐਕਸ਼ੀ ਨਾਲ ਗੱਲ ਕੀਤੀ ਹੋएगी ਕਿ ਮੱਕੀ ਦੇਨ ਆ ਰਹੇ ਪਰ ਮੇਰਾ ਖਿਆਲ ਹੈ ਚੋਣਾਂ ਦੇ ਦਿਨਾਂ ਹੀ ਤਾਂ ਕੋਈ ਅਨਾਉਂਸਮੈਂਟ ਕਰ ਵੀ ਲੈ ਸਕਦੇ ਚੋਣਾਂ ਦੇ ਕੋਡ ਹੈ ਕਿਸ ਤਰ੍ਹਾਂ ਕਰ ਸਕਦੇ ਪੰਜਾਬ ਚ ਤੇ ਮਤਲਬ ਤੁਹਾਡੀ ਕਦੀ ਮੋਦੀ ਸਾਹਿਬ ਨਾਲ ਇਸ ਬਾਰੇ ਕਿਸੇ ਵਿਕਾਸ ਨੂੰ ਲੈ ਕੇ ਜਾਂ ਕਿਸੇ ਮੁੱਦਿਆਂ ਨੂੰ ਲੈ ਕੇ ਕਦੀ ਗੱਲ ਬਹੁਤ ਸਿਰਫ ਮੈਂ ਕਿਸਾਨਾਂ ਦੇ ਦਿਨਾਂ ਚ ਉਹਨਾਂ ਲਿਖਿਆ ਸੀ ਵੀ ਇਹ ਤੁਸੀਂ ਜਿੱਦ ਦਿਨ ਆਪਣੇ ਹੱਥ ਚ ਲਲੋਗੇ ਉਸੇ ਮਸਲਾ ਹੱਲ ਹੋ ਜਾਏਗਾ ਤੇ ਮੋਦੀ ਜੀ ਨੇ ਅਨਾਉਂਸਮੈਂਟ ਕਰਕੇ ਹੱਲ ਕੀਤਾ ਨਾ ਕਿਸੂਰ ਮੀਟਿੰਗ ਚ ਨਹੀਂ ਹੋ ਸਕਿਆ ਕਿਸਾਨ ਹਮ ਐਮ ਐਸ ਪੀ ਤੇ ਵੀ ਐੜੇ ਨੇ ਮੋਦਸ ਸਾਹਿਬ ਨੇ ਕਿਹਾ ਵੀ ਕੀਤੀ ਜਾਏਗੀ ਬਾਅਦ ਵਿੱਚ ਮੈਂ ਪੜਿਆ ਖਬਰ ਦੇ ਵਿੱਚ ਕਿ ਉਹਨਾਂ ਨੇ ਕਿਹਾ ਚੋਣਾਂ ਤੋਂ ਬਾਅਦ ਐਮ ਐਸ ਪੀ ਤੇ ਸਪੈਸ਼ਲ ਕਮੇਟੀ ਬਣਾਈ ਜਾਏਗੀ ਔਰ ਹੋਰ ਵੀ ਕੁਝ ਚੀਜ਼ਾਂ ਦਾਲਾਂ ਫਲ ਵਗੈਰਾ ਤੇ ਵੀ ਐਮ ਐਸ ਪੀ ਦਿੱਤੀ ਜਾਏਗੀ ਦੇਣੀ ਵੀ ਚਾਹੀਦੀ ਕਦਰਲ ਤੇ ਹੀ ਚੀਜ਼ਾਂ ਤੇ ਦੇ ਦੇਆ ਦੇਣੀ ਚਾਹੀਦੀ ਕਿਸਾਨ ਨੂੰ ਕਿਸਾਨ ਦੀ ਦੌਲਤ ਤਾਂ ਖੇਤਾਂ ਚ ਪਈ ਹੈ ਜੇ ਕੁਦਰਤ ਦੀ ਮਾਰ ਪੈ ਜਾਏ ਕੋਈ ਚੀਜ਼ ਖਰਾਬ ਹੋ ਜਾਂਦੀ ਹੈ ਗਿੱਲੀ ਹੋ ਜਾਂਦੀ ਹੈ ਛਿੱਲੀ ਹੋ ਜਾਂਦੀ ਹੈ ਤੇ ਕਿਸਾਨ ਕੀ ਕਰ ਸਕਦਾ ਹੈ ਕਿਸਾਨੀ ਦੀ ਮੈਕਸਿਮਮ ਸੁਰੱਖਿਆ ਹਿੰਦੁਸਤਾਨ ਚ ਹੋਏਗੀ ਤਾਂ ਇਹ ਦ ਸੰਤਰ ਕੀ ਕਰ ਸਕਦਾ ਹੈ ਸੋ ਤੁਸੀਂ ਦੇਖਿਆ ਜੀ ਇਹਨਾਂ ਭੰਜੀ ਲక్ష్ਮੀ ਗਾਂਤਾ ਚਾਵਲਾ ਜਿਨ੍ਹਾਂ ਨੇ ਕਿ ਆਪਣੇ ਵੱਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਉਹਨਾਂ ਨੇ ਦੱਸਿਆ ਕਿ ਵੋਟ ਤੁਹਾਨੂੰ ਉਹਨੂੰ ਸੂਝਵਾਨ VOTER ਜਿਹੜਾ ਹੈ ਉਹ ਇੱਕ ਚੰਗੇ ਕੈਂਡੀਡੇਟ ਨੂੰ ਵੋਟ ਪਾਵੇ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਇਸ ਪਾਰਟੀ ਦਾ ਕੋਈ ਰੋਲ ਨਹੀਂ ਹੈ ਇਹਦੇ ਵਿੱਚ ਪਰਫਾਰਮੈਂਸ ਪਰਫਾਰਮੈਂਸ ਬੇਸ ਜਿਹੜੀ ਹੈ ਚੀਜ਼ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਮੈਂ ਇਹ ਬਿਲਕੁਲ ਨਹੀਂ ਕਿਹਾ ਕਿ ভোটার ਕੁਛ ਨਾ ਵੇਖੇ ਚੰਗੇ ਨੂੰ ਪਾਵੇ ਮੈਂ ਕਿਹਾ ਅੱਜ ভোটার ਇਹ ਵੇਖ ਰਿਹਾ ਕਿ ਜਿਹੜਾ ਹੈ ਜਿਹਦੀ ਪਰਫਾਰਮੈਂਸ ਚੰਗੀ ਹੈ ਜਿਹੜੇ ਬੇਈਮਾਨ ਨਹੀਂ ਉਹਨਾਂ ਨੂੰ ਵੋਟ ਦੇਣ ਦਾ ਸੋਚ ਰਿਹਾ ਮੇਰਾ ਡਵਾਈਸ ਨਹੀਂ ਹੈ ভোটার ਐਸਾ ਕਰ ਰਿਹਾ ਉਹ ਕਹੇ ਜੀ ਹੁਣ ਇਹ ਡਵਾਈਸ ਨਹੀਂ ਹੈ ਇੱਕ ਵੋਟਰ ਐਸਾ ਸੋਚ ਰਿਹਾ ਉਹਨਾਂ ਨੇ ਵੋਟਰ ਦੀ ਭਾਵਨਾ ਦੱਸੀ ਹੈ ਕਿ ਕੀ ਵੋਟਰ ਐਸਲੇ ਸੋਚ ਰਿਹਾ ਕਿ ਪਰਫਾਰਮੈਂਸ ਬੇਸ ਜਿਹੜਾ ਜਿੰਨੇ ਕੰਮ ਕੀਤਾ ਉਹਨੂੰ ਹੀ ਵੋਟ ਪਾਈ ਜਾ ਰਹੀ ਹੈ ਔਰ ਜਿਹੜਾ ਨਹੀਂ ਕੀਤੀ ਹੈ ਜਿਹੜਾ ਹਲਕੇ ਚ ਵੀ ਜਾ ਰਿਹਾ ਉਹਦਾ ਵਿਰੋਧ ਕੀਤਾ ਜਾ ਰਿਹਾ ਸੜਕਾਂ ਤੇ ਉਤਰਿਆ ਜਾ ਰਿਹਾ ਔਰ ਇੱਕ ਬਹੁਤ ਵਧੀਆ ਇਹਨੂੰ ਇੱਕ ਇਸ਼ਾਰਾ ਮੰਨਦੇ ਹਨ ਕਿ ਮਿਡਲ ਕਲਾਸ ਤੇ ਲੋਅਰ ਮਿਡਲ ਕਲਾਸ ਜਿਹੜੀ ਹੈ ਔਰ ਜਿਹੜੀ ਬਾਹਰ ਆ ਰਹੀ ਹੈ ਔਰ ਵਿਰੋਧ ਕਰ ਰਹੀ ਹੈ ਇੱਕ ਬਹੁਤ ਵਧੀਆ ਇਹਨੂੰ ਆਉਣ ਵਾਲੇ ਸਮੇਂ ਦਾ ਇੱਕੋ ਇਸ਼ਾਰਾ ਦੱਸ ਰਹੇ ਹਨ ਦੂਸਰਾ ਉਹਨਾਂ ਨੇ ਪੰਜਾਬ ਮਾਡਲ ਦੀ ਜਿਹੜ ਜਾ ਰਿਹਾ ਹੈ ਕਿ ਸ਼ਰਾਬ ਦੀ ਉਹਨਾਂ ਨੇ ਇੱਕ ਨਖੇਦੀ ਕੀਤੀ ਹੈ ਕਿ ਸਿੱਧੂ ਸਾਹਿਬ ਜਿਹੜਾ ਸ਼ਰਾਬ ਤੋਂ ਜਿਹੜਾ ਪੈਸੇ ਕਮਾਣਦੀ ਹੈ ਪੰਜਾਬ ਦੇ ਮਾਡਲ ਦੀ ਗੱਲ ਕਰ ਰਹਿਆਂ ਨੂੰ ਉਹ ਉਹਨੂੰ ਸਹੀ ਨਹੀਂ ਸਮਝਦੇ ਐ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੂ ਸਾਹਿਬ ਦਾ ਪੰਜਾਬ ਮਾਡਲ ਭੈਣ ਜੀ ਲక్ష్ਮੀ ਕਾਂਤਾ ਚਾਵਲਾ ਦਾ ਸੂਝਵਾਨ ਵੋਟਰ ਤੇ ਕੈਪੇਬਲ ਕੈਂਡੀਡੇਟ ਔਰ ਜਿਹੜਾ ਆਉਣ ਵਾਲੇ ਵਿਧਾਨ ਸਭਾ ਚੋਣਾਂ ਦਾ ਰਿਜ਼ਲਟ ਇਹ ਆਉਣ ਵਾਲਾ ਸਮਾਂ ਦੱਸੇਗਾ ਸਾਰੀਆਂ ਗੱਲਾਂ ਰਲ ਕੇ ਕਿਸ ਜਿੱਤੇ ਤੇ ਪਹੁੰਚਦੇ ਹਨ ਅੰਮ੍ਰਿਤਸਰ ਤੋਂ ਬਾਬੂ ਸ਼ਾਹੀ ਨੈਟਵਰਕ ਲਈ ਆਪ ਕੁਲਵਿੰਦਰ ਸਿੰਘ ਦੀ ਵਿਸ਼ੇਸ਼